ਉਹਨਾਂ ਨੇ ਮੇਰੇ ਨਾਲ ਗੱਲ ਇਦਾਂ ਕੀਤੀ ਕਿ ਜਿਵੇਂ ਇੱਕ ਦੋਸਤ ਦੂਜੇ ਦੋਸਤ ਨਾਲ ਗੱਲ ਕਰਦਾ, ਤੇ ਮੈਂ ਕਿਹਾ ਜੀ ਨਹੀਂ ਇਹ ਟੈਕਸੀ, ਮੈਂ ਕਿਹਾ ਕਿ ਪਾਕਿਸਤਾਨੀਆਂ ਲਈ ਤੇ ਹਿੰਦੁਸਤਾਨੀਆਂ ਲਈ ਫ੍ਰੀ ਆ। ਇਹ ਤੁਸੀਂ ਮੈਨੂੰ ਓਰੀਜਨਲ ਦੱਸੋ ਹੋਇਆ ਕੀ ਸੀ? ਏਅਰਪੋਰਟ ਤੋਂ ਜਿਵੇਂ ਕਿ ਰੋਜ਼ ਦੀ ਤਰ੍ਹਾਂ ਏਅਰਪੋਰਟ ਤੋਂ ਜੋਬ ਚੁੱਕੀ ਅਤੇ ਮੈਂ ਵੈਸਟਰਨ ਹੋਟਲ ਆ ਮੈਰੀ ਸਟਰੀਟ ਬ੍ਰਿਸਬੇਨ, ਉਸ ਹੋਟਲ ਵਿੱਚੋਂ ਬਾਹਰ ਆਇਆ ਅਤੇ ਮੈਂ ਮਤਲਬ ਇੱਕਦਮ ਵੇਖਿਆ ਅਤੇ ਜੋ ਸ਼ਹੀਨ ਅਫਰੀਦੀ ਸੀ, ਸ਼ਾਇਦ ਉਹਨਾਂ ਦਾ ਨਾਮ, ਕਾਫੀ ਫੇਮਸ ਨੇ ਪਾਕਿਸਤਾਨੀ ਕ੍ਰਿਕਟਰ, ਅਤੇ ਉਹਨਾਂ ਨੂੰ ਵੇਖਿਆ, ਉਹਨਾਂ ਇੱਕਦਮ ਮੇਰੇ ਵੱਲ ਨੂੰ ਆਏ ਅਤੇ ਮੈਨੂੰ ਕਹਿੰਦੇ ਕਿ ਭਾਜੀ ਸਾਨੂੰ ਇੰਡੀਅਨ ਰੈਸਟੋਰੈਂਟ ਲੈ ਜਾਓ, ਜਿਹੜਾ ਵੀ ਤੁਹਾਨੂੰ ਲੱਗਦਾ ਕਿ ਵਧੀਆ ਸਭ ਤੋਂ, ਅਤੇ ਉੱਥੇ ਲੈ ਜਾਓ। ਤੁਸੀਂ ਪਛਾਣ ਗਏ ਸੀ ਕ੍ਰਿਕਟਰਸ ਨੂੰ ਜਾਂ ਉਹਨਾਂ ਦੀ ਗੱਲਬਾਤ ਦੇ ਜ਼ਰੀਏ ਕਿਵੇਂ ਪਛਾਣਿਆ ਤੁਸੀਂ ਉਹਨਾਂ ਨੂੰ? ਮੈਂ ਜੀ ਸ਼ਾਹੀਨ ਅਫਰੀਦੀ ਨੂੰ ਖੇਡਦਿਆਂ ਹੋਇਆ ਕਾਫੀ ਵਾਰੀ ਵੇਖ ਚੁੱਕਾ, ਅਤੇ ਮੈਂ ਖੁਦ ਇੱਕ ਕਾਫੀ ਵੱਡਾ ਕ੍ਰਿਕਟ ਦਾ ਫੈਨ ਹਾਂ ਜੀ। ਮੈਂ ਇੱਕ ਪਹਿਲਾਂ ਸ਼ੁਰੂ ਤੋਂ ਮੈਂ ਡਿਸਟ੍ਰਿਕਟ ਦੇ ਕੈਂਪ ਵੀ ਲਗਾਏ ਜੇ PCA ਦੇ, ਅਤੇ ਇਸ ਕਰਕੇ ਕ੍ਰਿਕਟ ਨੂੰ ਮੈਂ ਕਾਫੀ ਜ਼ਿਆਦਾ ਫੋਲੋ ਕਰਦਾ। ਜਦ ਸ਼ਾਹੀਨ ਅਫਰੀਦੀ ਤੁਹਾਡੇ ਕੋਲ ਆਏ ਅਤੇ ਗੱਲਬਾਤ ਜਦ ਸ਼ੁਰੂ ਕੀਤੀ ਤਾਂ ਕਿਹੜੀ ਭਾਸ਼ਾ ਵਿੱਚ ਉਹਨਾਂ ਨੇ ਗੱਲ ਕੀਤੀ ਤੁਹਾਡੇ ਨਾਲ? ਉਹਨਾਂ ਹਿੰਦੀ ਪੰਜਾਬੀ ਥੋੜ੍ਹੀ ਜਿਹੀ ਮਿਕਸ ਜੀ ਕਰਦੇ ਸੀਗੇ, ਕਿ ਉਹਨਾਂ ਨੇ ਮੇਰੇ ਨਾਲ ਗੱਲ ਇੱਦਾਂ ਕੀਤੀ ਕਿ ਜਿਵੇਂ ਇੱਕ ਦੋਸਤ ਦੂਜੇ ਦੋਸਤ ਨਾਲ ਗੱਲ ਕਰਦਾ। ਸ਼ਾਹੀਨ ਅਫਰੀਦੀ ਨਾਲ ਹੋਰ ਕੌਣ ਕੌਣ ਮੌਜੂਦ ਸੀ? ਹਾਂਜੀ, ਇੱਕ ਜਾਸ਼ਿਰ ਸ਼ਾਹ ਸੀ, ਇੱਕ ਮੁਹੰਮਦ ਮੂਸਾ ਅਤੇ ਇੱਕ ਨਸੀਮ ਸ਼ਾਹ। ਮੰਨ ਲਓ ਕਿ 10 ਮਿੰਟ ਦਾ ਰਸਤਾ ਹੋਊਗਾ, ਅਤੇ ਬਾਅਦ ਵਿੱਚ ਜਦੋਂ ਅਸੀਂ ਉੱਥੇ ਗਏ ਅਤੇ ਮੈਨੂੰ ਕਹਿੰਦੇ ਕਿ ਭਾਜੀ ਕਿਤਨੇ ਹੋ ਗਏ, ਮਤਲਬ ਉਹਨਾਂ ਨੇ ਪੈਸੇ ਪੁੱਛੇ, ਅਤੇ ਮੈਂ ਕਿਹਾ ਜੀ ਨਹੀਂ ਇਹ ਟੈਕਸੀ, ਮੈਂ ਕਿਹਾ ਕਿ ਪਾਕਿਸਤਾਨੀਆਂ ਲਈ ਅਤੇ ਹਿੰਦੁਸਤਾਨੀਆਂ ਲਈ ਫ੍ਰੀ ਆ, ਅਤੇ ਮੈਂ ਕਿਹਾ ਤੁਸੀਂ ਤਾਂ ਬੜੇ ਇੱਕ ਸਪੈਸ਼ਲ ਗੈਸਟ ਹੋ ਕਿ ਤੁਸੀਂ ਦੇਸ਼ ਵੱਲੋਂ ਕ੍ਰਿਕਟ ਖੇਡ ਰਹੇ ਹੋ, ਅਤੇ ਇਹ ਬੜੀ ਮਹਾਨ ਗੱਲ ਹੈ, ਨਿੱਕੀ ਜਿਹੀ ਗੱਲ ਨਹੀਂ, ਮੇਰੇ ਲਈ ਵੀ ਮਾਣ ਦੀ ਗੱਲ ਹੈ ਕਿ ਤੁਸੀਂ ਮੇਰੇ ਨਾਲ। ਜਦ ਤੁਸੀਂ ਉਹਨਾਂ ਤੋਂ ਪੈਸੇ ਲੈਣ ਤੋਂ ਮਨਾ ਕਰ ਦਿੱਤਾ ਤੇ ਉਹਨਾਂ ਦਾ ਫਿਰ ਕੀ ਰਿਐਕਸ਼ਨ ਹੋਇਆ? ਰਿਐਕਸ਼ਨ ਭਾਜੀ, ਪਹਿਲਾਂ ਤਾਂ ਉਹਨਾਂ ਨੇ ਕਾਫੀ ਜ਼ਿਆਦਾ ਜ਼ੋਰ ਲਾਇਆ ਮੈਨੂੰ ਕਿ ਨਹੀਂ ਭਾਜੀ ਇੱਦਾਂ ਨਹੀਂ ਹਨਾ, ਮੈਂ ਕਿਹਾ ਨਹੀਂ ਹੋ ਹੀ ਨਹੀਂ ਸਕਦਾ, ਮੈਂ ਕਿਹਾ ਮੀਟਰ ਹੀ ਨਹੀਂ ਸਟਾਰਟ ਕੀਤਾ ਦੇਖ ਲਓ, ਅਤੇ ਫਿਰ ਕਹਿੰਦੇ ਜੀ ਚਲੋ ਫਿਰ ਸਾਡੇ ਨਾਲ ਭਾਜੀ ਡਿਨਰ ਕਰੋ, ਅਤੇ ਮੈਂ ਜੀ ਭਾਜੀ ਉਦੋਂ ਤਾਂ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਨਹੀਂ ਤੁਸੀਂ ਕਰੋ, ਅਤੇ ਮੈਂ ਤੁਹਾਨੂੰ ਇੱਕ ਵਾਰੀ ਆ ਜਾਓ ਅੰਦਰ, ਤੁਸੀਂ ਮੈਂ ਮਿਲਾ ਦਿੰਦਾ ਤੁਹਾਨੂੰ ਉਹਨਾਂ ਨਾਲ। ਮੈਂ ਉਹਨਾਂ ਨੂੰ ਜਾ ਕੇ, ਜਿਹੜਾ ਰੈਸਟੋਰੈਂਟ ਦਾ ਸਟਾਫ ਸੀਗਾ, ਰੈਸਟੋਰੈਂਟ ਸੀਗਾ ਜੀ ਪੰਜਾਬੀ ਰਸੋਈ, ਅਤੇ ਉੱਥੋਂ ਦਾ ਜਿਹੜਾ ਸਟਾਫ ਸੀਗਾ ਉਹਨਾਂ ਨੂੰ ਮੈਂ ਮਿਲਿਆ, ਅਤੇ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਪਾਕਿਸਤਾਨ ਦੇ ਕ੍ਰਿਕਟਰ ਨੇ, ਅਤੇ ਜਿੰਨਾ ਵੀ ਹੋ ਸਕਿਆ ਇਹਨਾਂ ਦੀ ਵੱਧ ਤੋਂ ਵੱਧ ਖਾਤਰਦਾਰੀ ਕਰਿਓ। ਅਤੇ ਫਿਰ ਜੀ ਮੈਂ ਉੱਥੇ ਉਹਨਾਂ ਦੇ ਨਾ 3-4 ਪਲੇਅਰ ਹੋਰ ਸੀਗੇ, ਪਹਿਲਾਂ ਹੀ ਡਿਨਰ ਕਰ ਰਹੇ ਸੀ ਉੱਥੇ, ਅਤੇ ਮੈਨੂੰ ਉਹਨਾਂ ਨੇ ਵੀ ਬੜਾ ਜ਼ੋਰ ਲਾਇਆ ਕਿ ਭਾਜੀ ਕਿ ਨਹੀਂ ਮਤਲਬ ਖਾਣਾ ਖਾ ਕੇ ਜਾਓ ਸਾਡੇ ਨਾਲ ਡਿਨਰ ਕਰੋ, ਅਤੇ ਮੈਂ ਕਿਹਾ ਨਹੀਂ ਤੁਸੀਂ, ਮੈਂ ਵੀ ਥੋੜ੍ਹਾ ਉਸ ਟਾਈਮ ਮੈਨੂੰ ਇਹ ਫੀਲ ਜਿਹਾ ਹੈ ਕਿ ਮਤਲਬ ਹੈ ਨਾ ਕਿ ਸਾਰੀ ਟੀਮ ਇਕੱਠੀ ਹੋਈ ਆ ਅਤੇ ਆਪਸ ਵਿੱਚ ਕਰ ਲੈਣ ਇੰਜੋਏ, ਅਤੇ ਮੈਂ ਉੱਥੋਂ ਇੱਕ ਵਾਰੀ ਤਾਂ ਭਾਜੀ ਚਲੇ ਗਿਆ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ। ਨਹੀਂ, ਉਸ ਤੋਂ ਬਾਅਦ ਫਿਰ? ਫਿਰ ਜਦੋਂ ਮੈਂ ਗਿਆ ਅਤੇ ਮੈਂ ਬ੍ਰਦਰ ਹੋਣਾਂ ਨੂੰ ਕਾਲ ਕੀਤੀ, ਵੱਡੇ ਭਾਜੀ ਹੋਣਾਂ ਨੂੰ, ਫਿਰ ਉਹਨਾਂ ਕਿਹਾ ਕਿ ਤੈਨੂੰ ਡਿਨਰ ਕਰਨਾ ਚਾਹੀਦਾ ਸੀ, ਚਲੋ ਕ੍ਰਿਕਟਰ ਆ ਉਹ ਬਹੁਤ ਵੱਡੀ ਵੱਡੀ ਗੱਲ ਅਤੇ ਵਧੀਆ ਗੱਲ ਆ, ਮੰਨ ਲਓ ਜੇ ਕ੍ਰਿਕਟਰ ਨਹੀਂ ਵੀ ਆ ਅਤੇ ਉਹ ਆਪਣੇ ਹੈ ਨਾ ਜਿਵੇਂ ਕਿ ਬਹੁਤ ਸਤਿਕਾਰ ਕਰਦੇ ਜਦੋਂ ਆਪਣਾ ਕੋਈ ਪੰਜਾਬੀ ਇੱਧਰੋਂ ਜਾਂਦਾ, ਅਤੇ ਕੁਝ ਹੀ ਦਿਨ ਪਹਿਲਾਂ ਜਿਹੜਾ ਸਾਡਾ ਇਹਨਾਂ ਨੇ ਇਮਰਾਨ ਖਾਨ ਭਾਜੀ ਹੋਣਾਂ ਨੇ ਅਤੇ ਸਿੱਧੂ ਭਾਜੀ ਹੋਣਾਂ ਨੇ ਰਲ ਕੇ ਅਤੇ ਕਦਮ ਚੁੱਕਿਆ ਕਿ ਬਾਬਾ ਜੀ ਦੀ ਕਿਰਪਾ ਨਾਲ ਸਾਡੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਧਾਮਾਂ ਦੇ ਸਾਨੂੰ ਦਰਸ਼ਨ ਹੋਣ ਨੂੰ ਮਿਲੇ ਆ। ਫਿਰ ਤੁਸੀਂ ਕੀ ਕੀਤਾ? ਫਿਰ ਤੁਸੀਂ ਗਏ ਉਹਨਾਂ ਦੇ? ਮੈਂ ਇੱਕ ਵਾਰੀ ਤਾਂ ਉੱਥੇ ਭਾਜੀ ਚੱਲ ਪਿਆ, ਅਤੇ ਫਿਰ ਮੈਂ ਜਦੋਂ ਦੁਬਾਰਾ ਗਿਆ ਅਤੇ ਮੈਂ ਉਹਨਾਂ ਨੂੰ ਜਾਂਦਿਆਂ ਕਿਹਾ ਕਿ ਭਾਜੀ ਮੈਂ ਆ ਗਿਆ ਜੀ ਅਤੇ ਡਿਨਰ ਤੁਹਾਡਾ ਵੀ ਮੇਰੇ ਵੱਲੋਂ ਆ। ਕਹਿੰਦੇ ਨਹੀਂ ਭਾਜੀ ਡਿਨਰ ਤੁਹਾਡਾ ਸਾਡੇ ਵੱਲੋਂ, ਤੁਸੀਂ ਪਹਿਲਾਂ ਹੀ ਆਲਰੇਡੀ ਸਾਡੇ ਕੋਲ ਟੈਕਸੀ ਦੇ ਪੈਸੇ ਨਹੀਂ ਲਏ, ਅਤੇ ਮੈਂ ਕਿਹਾ ਜੀ ਚਲੋ ਠੀਕ ਹੈ ਜ਼ਿੰਮੇਦਾਰ। ਫਿਰ ਇੱਕ ਇਮਰਾਨ ਖਾਨ ਜੋ ਉਸ ਟਾਈਮ ਉਹ ਵੀ ਟੈਸਟ ਮੈਚ ਉਹਨਾਂ ਨੇ ਪਲੇਇੰਗ ਕੀਤਾ, ਅਤੇ ਉਹਨਾਂ ਨੇ ਵਿੱਚੋਂ ਕਿਹਾ ਕਿ ਨਹੀਂ ਚਲੋ ਭਾਜੀ ਕੋਲੋਂ ਆਪਾਂ ਚਾਹ ਪੀਵਾਂਗੇ, ਅਤੇ ਮੈਂ ਕਿਹਾ ਜੀ ਠੀਕ ਹੈ। ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਭਾਜੀ ਪਾਕਿਸਤਾਨ ਕਦੋਂ ਆ ਰਹੇ ਹੋ, ਜਦੋਂ ਵੀ ਤੁਸੀਂ ਕਹੋ ਜ਼ਰੂਰ ਆਵਾਂਗੇ, ਅਤੇ ਕਹਿੰਦੇ ਕਿ ਹੁਣ ਤਾਂ ਮਤਲਬ ਲਾਂਘਾ ਖੁੱਲ੍ਹ ਚੁੱਕਾ ਆ। ਕ੍ਰਿਕਟ ਬਾਰੇ ਗੱਲ ਹੋਈ? ਪਹਿਲਾਂ ਉਹਨਾਂ ਨੇ ਮੇਰੇ ਬਾਰੇ ਵੀ ਪੁੱਛਿਆ, ਫਿਰ ਮੈਂ ਦੱਸਿਆ ਕਿ ਮੇਰੇ ਇੱਦਾਂ ਬੈਗ 'ਚ ਮਤਲਬ ਕੋਈ ਪ੍ਰੋਬਲਮ ਹੋ ਗਈ ਸੀ ਅਤੇ ਮੈਂ ਇਸ ਕਰਕੇ ਕ੍ਰਿਕਟ ਛੱਡ ਦਿੱਤੀ ਸੀ। ਭਾਜੀ ਇੱਦਾਂ ਗੱਲਾਂ ਬਾਤਾਂ ਚੱਲੀਆਂ, ਚਲੋ ਡਿਨਰ ਹੋ ਗਿਆ ਹੈ ਨਾ। ਤੁਸੀਂ ਕੀ ਖਾਧਾ? ਮੈਂ ਜੀ ਮੈਂ ਵੈਜੀਟੇਰੀਅਨ ਹਾਂ ਅਤੇ ਮੈਂ ਇੱਕ ਸਬਜ਼ੀ ਅਤੇ ਨਾਨ ਖਾਧੇ ਜੀ। ਅੱਛਾ, ਅਤੇ ਚਾਹ ਵੀ ਪੀਤੀ ਸੀ? ਹਾਂਜੀ
ਹਾਂਜੀ ਚਾਹ ਪੀਤੀ ਜੀ, ਚਾਹ ਬਾਅਦ ਵਿੱਚ ਆਈ ਸੀਗੀ, ਚਾਹ ਨੂੰ ਸਗੋਂ ਥੋੜਾ ਟਾਈਮ ਲੱਗ ਗਿਆ ਹੈ। ਜਿਹੜੀ ਵਿਦਾਇਗੀ ਕਿਵੇਂ ਹੋਈ ਤੁਹਾਡੀ ਉਹਨਾਂ ਦੇ ਨਾਲ? ਬਾਅਦ ਵਿੱਚ ਅਸੀਂ ਸਾਰਿਆਂ ਨੇ ਚਾਹ ਪੀਤੀ ਗੁੜ ਵਾਲੀ, ਤੇ ਜਿਵੇਂ ਉਸ ਤੋਂ ਬਾਅਦ ਚਾਹ ਪੀ ਕੇ ਜਦੋਂ ਬਾਹਰ ਆਏ ਤੇ ਮੈਂ ਬ੍ਰਦਰ ਨੂੰ ਕਾਲ ਕੀਤੀ ਕਿ ਕਿੱਥੇ ਜੇ ਤੁਸੀਂ, ਕਹਿੰਦੇ ਕਿ ਲੱਗ ਹੀ ਆ ਗਿਆ ਮੈਂ ਸਿਟੀ 'ਚ ਹਾਂ, ਤੇ ਤੁਸੀਂ ਕਿੱਥੇ? ਮੈਂ ਕਿਹਾ ਕਿ ਮੈਂ ਫੇਰ ਆ ਗਿਆ ਸੀ ਇੱਥੇ, ਤੇ ਮੈਂ ਉਹ ਭਾਜੀ ਹੁਣਾਂ ਦੇ ਨਾਲ ਹੀ ਹਾਂ, ਤੇ ਤੁਸੀਂ ਆ ਜਾਓ ਮਿਲਾਉਂਦਾ ਤੁਹਾਨੂੰ ਮੈਂ। ਸੈਲਫੀਆਂ ਹੋਈਆਂ ਉੱਥੇ, ਫੋਟੋਆਂ ਖਿੱਚੀਆਂ ਗਈਆਂ, ਤੇ ਫਿਰ ਅਸੀਂ ਇੱਕ ਦੂਜੇ ਨਾਲ ਹੱਥ ਮਿਲਾ ਕੇ ਤੇ ਅਲਵਿਦਾ ਗਿਆ ਜੀ। ਪਾਕਿਸਤਾਨ ਭਾਰਤ ਨਾਲ ਕ੍ਰਿਕਟ ਜਿਹੜਾ ਮੈਚ ਹੁੰਦੇ ਨੇ ਉਹ ਨਹੀਂ ਹੋ ਰਹੇ ਨੇ, ਮੇਰੇ ਖਿਆਲ ਨਾਲ ਮੈਂ ਨਸੀਮ ਸ਼ਾਹ ਨੂੰ ਪੁੱਛਿਆ, ਮੈਂ ਕਿਹਾ ਕਿ ਮਤਲਬ ਇੰਡੀਆ ਨਾਲ ਹੈਗੀ ਕੋਈ ਸੀਰੀਜ਼ ਹੁਣ ਕਿ ਨਹੀਂ, ਤੇ ਕਹਿੰਦੇ ਕਿ ਨਹੀਂ ਭਾਜੀ ਅਜੇ ਤਾਂ ਕੋਈ ਤੈਅ ਨਹੀਂ ਹੋਈ, ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਵੇ। ਕਿ ਮੈਂ ਤਾਂ ਇਹੋ ਸੋਚਦਾ ਹਾਂ ਕਿ ਖੇਡਣਾ ਚਾਹੀਦਾ ਆ, ਦੋਵਾਂ ਦੇਸ਼ਾਂ ਦਾ ਪਿਆਰ ਵਧੇ, ਇਹ ਨਹੀਂ ਹੈ ਕਿ ਆਪਾਂ ਨਫ਼ਰਤ ਹੀ ਵਧਾਈ ਜਾਈਏ। ਮੈਨੂੰ ਤਾਂ ਭਾਜੀ ਉਹਨਾਂ ਨਾਲ ਗੱਲ ਕਰਕੇ ਇੱਦਾਂ ਲੱਗਿਆ ਕਿ ਮੈਂ ਕਿਸੇ ਜਿਵੇਂ ਬੜੇ ਆਪਣੇ ਪੁਰਾਣੇ ਦੋਸਤਾਂ ਨਾਲ ਮਿਲਿਆ ਹੋਵਾਂ, ਤੇ ਮੇਰਾ ਉਹਨਾਂ ਇੰਨਾ ਸਤਿਕਾਰ ਕੀਤਾ, ਤੇ ਜਿੰਨੇ ਜੋਗਾ ਮੈਂ ਹੈਗਾ ਮੈਂ ਵੀ ਉਹਨਾਂ ਦਾ ਸਤਿਕਾਰ ਕੀਤਾ ਜੀ। ਅੱਛਾ, ਇਹ ਦੱਸੋ ਕਿ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਫਿਰ? ਇੰਡੀਆ ਤੋਂ? ਤੇ ਮੈਂ ਜੀ ਅੰਮ੍ਰਿਤਸਰ ਤੋਂ, ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਦੇ ਨਜ਼ਦੀਕੀ ਪਿੰਡ ਅਦਲੀਵਾਲ ਤੋਂ ਬਿਲੋਂਗ ਕਰਦਾ ਜੀ। ਤੇ ਮੇਰੇ ਫਾਦਰ ਸਾਹਿਬ ਸਰਦਾਰ ਗੁਲਜਾਰ ਸਿੰਘ ਸਾਬਕਾ ਸਰਪੰਚ ਰਹਿ ਚੁੱਕੇ ਨੇ। ਤੇ ਆਸਟ੍ਰੇਲੀਆ ਕਿੰਨੇ ਟਾਈਮ ਤੋਂ? ਮੈਂ ਭਾਜੀ 2018 ਦੇ ਵਿੱਚ ਅਪ੍ਰੈਲ ਦੇ ਵਿੱਚ ਆਇਆ ਸੀਗਾ, 3 ਕੁ ਮਹੀਨੇ ਹੋ ਗਏ ਜੀ ਮੈਂ ਟੈਕਸੀ ਚਲਾ ਰਿਹਾ ਇੱਥੇ ਬ੍ਰਿਸਬੇਨ ਸਿਟੀ ਦੇ ਵਿੱਚ। ਅਸੀਂ 2 ਭਰਾ ਹਾਂ ਤੇ 2 ਭੈਣਾਂ ਹੈ ਸਾਡੀਆਂ, ਤੇ ਮੰਮੀ ਪਾਪਾ, ਮੈਂ ਸਭ ਤੋਂ ਛੋਟਾ ਜੀ। ਅੱਛਾ, ਤੇ ਬਾਕੀ ਸਾਰਿਆਂ ਦਾ ਵਿਆਹ ਹੋ ਗਿਆ? ਹਾਂਜੀ ਹਾਂਜੀ ਹੋ ਗਿਆ ਜੀ ਸਾਰਿਆਂ ਦਾ ਵਿਆਹ, ਮੈਂ ਹੀ ਰਹਿ ਗਿਆ ਜੀ।